ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਨੂੰ, ਸਾਡੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੂੰ, ਸਾਡੇ ਸਟੀਲ ਮਿਨਿਸਟਰ ਨੂੰ ਅਸੀਂ ਟਿੱਕਾ ਲਾਇਆ ਅਤੇ ਟਿੱਕਾ ਲਾ ਕੇ ਅਸੀਂ ਇਹ ਰਿਕੁਐਸਟ ਕਰਦੇ ਹਾਂ ਕਿ ਗੌਰਮੈਂਟ ਦਾ MSME ਇੰਡਸਟਰੀ ਦਾ ਧਿਆਨ ਰੱਖਣ। ਪ੍ਰਾਈਸਿਸ ਬਿਫੋਰ ਕੋਵਿਡ ਤਾਂ ਆਫਟਰ ਕੋਵਿਡ ਬਹੁਤ ਜ਼ਿਆਦਾ ਵੱਧ ਗਈ ਹੈ, ਜਿਹਦੇ 'ਚ ਸਟੀਲ ਨੂੰ ਲਓ, ਨਿਕਲ ਨੂੰ ਲਓ, ਜ਼ਿੰਕ ਨੂੰ ਲਓ, ਪਲਾਸਟਿਕ ਨੂੰ ਲਓ, ਪੇਂਟ ਨੂੰ ਲਓ, ਕਿਹੜੀ ਕਿਹੜੀ ਚੀਜ਼ ਗਿਣਾਵਾਂ ਮੈਂ, ਉਹ ਹਰ ਚੀਜ਼ ਜਿਹੜੀ ਹੈਗੀ ਹੈ, ਜਦ ਤੱਕ ਰੈਗੂਲੇਟਰੀ ਕਮਿਸ਼ਨ ਨਹੀਂ ਬਣੇਗੀ, ਪ੍ਰਾਈਸਿਸ ਕੰਟਰੋਲ ਨਹੀਂ ਹੋਣਗੀਆਂ, ਤਦ ਤੱਕ ਇੰਡਸਟਰੀ ਪਨਪ ਨਹੀਂ ਸਕੇਗੀ। ਐਸੇ ਗਾਂਧੀਗਿਰੀ ਹੈ ਜੀ, ਅਸੀਂ ਤਾਂ ਰਿਕੁਐਸਟ ਕਰ ਰਹੇ ਹਾਂ, ਪਿਆਰ ਨਾਲ ਗੌਰਮੈਂਟ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਸਾਡੀ ਆਵਾਜ਼ ਸੁਣੀ ਜਾਵੇ, ਕਿਉਂਕਿ ਇੱਕ ਇੱਕ ਫੈਕਟਰੀ ਦੇ ਨਾਲ 50-50, 100-100 ਬੰਦੇ ਜੁੜੇ ਹੋਏ ਨੇ, ਉਹ ਸਾਰੇ ਅਨਇੰਪਲੋਇਡ ਹੋ ਜਾਣਗੇ। ਜਿਹੜਾ ਮਾਲ ਦਾ ਆਰਡਰ ਸਾਨੂੰ ਅਸੀਂ 1 ਰੁਪਈਏ ਦੇ ਵਿੱਚ ਫੜਿਆ ਹੋਇਆ, ਤਾਂ ਸਾਨੂੰ ਜੇ ਉਹ 1.5 ਰੁਪਏ ਘਰ ਹੀ ਪੈ ਰਿਹਾ ਤਾਂ ਅਸੀਂ ਕਿਵੇਂ ਭੁਗਤਾ ਪਾਵਾਂਗੇ? ਜੇ ਅਸੀਂ ਨਹੀਂ ਭੁਗਤਾਉਂਦੇ ਸਾਡੀ ਮਾਰਕੀਟ ਖਰਾਬ ਹੁੰਦੀ ਹੈ, ਜੇ ਭੁਗਤਾਨੇ ਹਾਂ ਤਾਂ ਸਾਨੂੰ ਲੋਸ ਹੁੰਦਾ। ਇਹ ਆਰਤੀ ਅੱਜ ਇਸ ਕਰਕੇ ਅਸੀਂ ਕੀਤੀ ਹੈ ਵੀ ਕਹਿੰਦੇ ਜਦੋਂ ਆਪਾਂ ਆਰਤੀ ਕਰਦੇ ਹਾਂ ਪ੍ਰਮਾਤਮਾ ਸਾਡੀ ਗੱਲ ਸੁਣਦਾ ਆ, ਅਤੇ ਉਸ ਕਰਕੇ ਸਾਨੂੰ ਜੋ ਚਾਹੀਦਾ ਹੁੰਦਾ ਉਹ ਸਾਨੂੰ ਦਿੰਦਾ ਆ। ਅੱਜ ਅਸੀਂ ਇਸੇ ਕਰਕੇ ਪੋਤੀ ਸਾਹਿਬ ਦੀ ਅਤੇ ਸ਼ਾਹ ਜੀ ਦੀ ਅਤੇ ਸਾਰਿਆਂ ਦੀ ਇਹਦੀ ਆਰਤੀ ਕਰ ਰਹੇ ਹਾਂ ਵੀ ਸਰਕਾਰ ਸਾਡੀ ਗੱਲ ਸੁਣੇ, ਔਰ ਜਿਹੜੇ ਇੰਡਸਟਰੀਅਲ ਅੱਜ ਪਰੇਸ਼ਾਨ ਚੱਲ ਰਿਹਾ ਆ ਉਹਦੀ ਪਰੇਸ਼ਾਨੀ ਦੂਰ ਹੋਵੇ, ਜਿਹੜੇ ਲੋਹੇ ਦੇ ਭਾਅ ਜਾਂ ਬਾਕੀ ਹੋਰ ਸਾਰੀਆਂ ਚੀਜ਼ਾਂ ਦੇ ਜਿਹੜੇ ਭਾਅ ਇੰਨੇ ਵਧੇ ਆ, ਉਹਨਾਂ ਉੱਤੇ ਸਰਕਾਰ ਦਾ ਧਿਆਨ ਦਿਵਾਉਣ ਵਾਸਤੇ ਅਸੀਂ ਆਰਤੀ ਕੀਤੀ ਆ। ਜਿੱਦਾਂ ਗੁਰਦੁਆਰੇ ਜਾਂ ਮੰਦਰ 'ਚ ਆਰਤੀ ਕੀਤੀ ਜਾਂਦੀ ਹੈ ਪਰਮਾਤਮਾ ਨੂੰ ਜਗਾਉਣ ਵਾਸਤੇ ਵੀ ਪਰਮਾਤਮਾ ਸਾਡੀ ਤੂੰ ਸੁੱਧ ਬੁੱਧ ਲੈ, ਅਸੀਂ ਤੇਰੇ ਬੱਚੇ ਹਾਂ, ਸਾਡੇ 'ਤੇ ਮਿਹਰ ਬੈ ਹੱਥ ਰੱਖ। ਅੱਜ ਅਸੀਂ ਮੋਦੀ ਸਾਹਿਬ ਨੂੰ ਕਹਿੰਦੇ ਹਾਂ ਮੋਦੀ ਸਾਹਿਬ ਤੁਸੀਂ ਸਾਡੇ ਕੰਟਰੀ ਦੇ ਪ੍ਰਧਾਨ ਮੰਤਰੀ ਹੋ, ਅਸੀਂ ਤੁਹਾਡੀ ਪ੍ਰਜਾ ਹਾਂ, ਸਾਡਾ ਖਿਆਲ ਕਰੋ, ਆਪਣੀ ਪ੍ਰਜਾ ਨੂੰ ਬਚਾਓ ਤਾਂ ਕਿ ਅਸੀਂ ਰਹੀਏ ਅਤੇ ਸਾਡਾ ਸਾਥ ਹੋਵੇ।